ਅਹੀਂ ਗੁਰਦਾਸ ਜੀ ਦੇ ਸ਼ਬਦਾਂ ਵਿੱਚ ਗੁਰੂ ਨਾਨਕ ਸਾਹਿਬ ਨੇ ਜਦੋਂ ਇਸ ਧਰਤੀ ਉੱਤੇ ਪਸਰੇ ਹੋਏ ਅਨਿਆਂ ਨੂੰ ਝੂਠ ਨੂੰ ਪਰੇਵ ਨੂੰ ਦੇਖਿਆ ਤਾਂ ਇਹਨਾਂ ਸਾਰੇ ਔਗਣਾ ਦੇ ਭਾਰ ਥੱਲੇ ਦੱਬਿਆ ਹੋਇਆ ਸੰਸਾਰ ਉਹਨਾਂ ਨੂੰ ਜਲਦਾ ਹੋਇਆ ਨਜ਼ਰ ਆਇਆ ਬਾਬਾ ਦੇਖੇ ਧਿਆਨ ਤਰ ਜਲਤੀ ਸਭ ਸ੍ਰਿਸ਼ਟੀ ਦਿਸ ਆਈ ਤੋਂ ਗੁਰੂ ਸਾਹਿਬ ਦੇ ਸਾਹਮਣੇ ਬڑے-ਵਡੇ ਚੈਲੰਜ ਸੀ ਜਿਨ੍ਹਾਂ ਦੇ ਸੰਬੰਧ ਵਿੱਚ ਅਸੀਂ ਗੁਰੂ ਗ੍ਰੰਥ ਸਾਹਿਬ ਵਿੱਚ ਗੁਰਬਾਣੀ ਵਿੱਚ ਗੁਰੂ ਨਾਨਕ ਸਾਹਿਬ ਜੀ ਆਪਣੀ ਬਾਣੀ ਵਿੱਚ ਭਗਤਾਂ ਦੀ ਬਾਣੀ ਵਿੱਚ ਉਹਨਾਂ ਸਾਰੇ ਚੈਲੰਜਸ ਨੂੰ ਚੁਣੌਤੀ ਪੇਸ਼ ਕੀਤੀ ਗਈ ਹੈ। ਉਹ ਨਜ਼ਰ ਆਉਂਦਾ ਹੈ ਕਿ ਗੁਰੂ ਸਾਹਿਬ ਨੇ ਊਚ-ਨੀਚ ਜਾਤ-ਪਾਤ ਦੀ ਜੋ ਲਾਹਨਤ ਸੀ ਉਸ ਦੇ ਨਾਲ-ਨਾਲ ਹੋਰ ਕਈ ਚੀਜ਼ਾਂ ਨੂੰ ਵੀ ਡੂੰਘੀ ਨੀਂਚ ਨਾਲ ਵੇਖਿਆ ਉਹਨਾਂ ਨੇ ਮਹਿਸੂਸ ਕੀਤਾ ਹੈ ਕਿ ਉਹਨਾਂ ਦੇ ਪੂਰਵ ਵਰਤੀ ਉਹਨਾਂ ਤੋਂ ਪਹਿਲਾਂ ਦੇ ਜੋ ਸੰਪਰਦਾਵਾਂ ਸੀ ਖਾਸ ਤੌਰ ਤੇ yogi naathaan ਦਾ ਮਤ ਸੀ ਖਾਸ ਤੌਰ ਤੇ ਬ੍ਰਾਹਮਣਵਾਦੀ ਕੇਂਦਰਾ ਦੀ ਸੋਚ ਸੀ ਉਸ ਦੇ ਵਿੱਚ ਸਮਾਜ ਨੂੰ ਇੰਬੈਲੈਂਸ ਕਰ ਦਿੱਤਾ ਗਿਆ ਸੀ ਉਹਦਾ ਕਾਰਨ ਵੱਡਾ ਇਹ ਸੀ ਕਿ ਜਿੱਥੇ ਉੱਚ ਨੀਚ ਦੇ ਆਧਾਰ ਉਤੇ ਨੀਵੇਂ ਲੋਕਾਂ ਨੂੰ ਨਫ਼ਰਤ ਨਾਲ ਦੇਖਿਆ ਜਾਂਦਾ ਸੀ ਉਹਨਾਂ ਨੂੰ ਬੈਰੀਕੇਡ ਕੀਤਾ ਜਾਂਦਾ ਸੀ ਉਹਨਾਂ ਨੂੰ ਨੀਚ ਕਿਹਾ ਜਾਂਦਾ ਸੀ ਛੋਟੇ ਕਿਹਾ ਜਾਂਦਾ ਸੀ ਉਹਨਾਂ ਦੇ ਸੰਬੰਧ ਵਿੱਚ ਭੇੜੇ ਬਚਨ ਬੋਲੇ ਜਾਂਦੇ ਸੀ ਉਹਨਾਂ ਦੇ ਮੱਥੇ ਲੱਗਣਾ ਵੀ ਬੁਰਾ ਸਮਝਿਆ ਜਾਂਦਾ ਸੀ ਉੱਥੇ ਔਰਤ ਜੋ ਜੀਵਨ ਦੀ ਸੰਚਾਲਕ ਸੀ ਜੋ ਹਮੇਸ਼ਾ ਜੀਵਨ ਦੀ ਸਿਰਜਕ ਬਣੀ ਰਹੀ ਜਿਸ ਦੇ ਕਾਰਨ ਜ਼ਿੰਦਗੀ ਅੱਗੇ ਤੁਰਦੀ ਹੈ ਜਿਸ ਦੇ ਕਾਰਨ ਮਾਨਵਤਾ ਅੱਗੇ ਤੁਰਦੀ ਹੈ ਜਿਸ ਦੀ ਅਣਹੋਂਦ ਵਿੱਚ ਮਾਨਵਤਾ ਹੀ ਅੱਗੇ ਨਹੀਂ ਤੁਰ ਸਕਦੀ ਜੋ ਜਨਮ ਵੀ ਦਿੰਦੀ ਹੈ ਚੇਤਨਾ ਵੀ ਦਿੰਦੀ ਹੈ ਗਿਆਨ ਵੀ ਦਿੰਦੀ ਹੈ ਲੇਕਿਨ ਸਾਥ ਵੀ ਦਿੰਦੀ ਹੈ ਉਹਦੇ ਕਰਕੇ ਜ਼ਿੰਦਗੀ ਖੂਬਸੂਰਤ ਵੀ ਬਣਦੀ ਹੈ ਜ਼ਿੰਦਗੀ ਦੇ ਅਰਥ ਵੀ ਬਣਦੇ ਆ ਤਾਂ ਉਹਨਾਂ ਲੋਕਾਂ ਨੇ ਜ਼ਿੰਦਗੀ ਦੇ ਵਿੱਚ ਔਰਤ ਦੇ ਸਥਾਨ ਨੂੰ ਬਹੁਤ ਹੀ ਨਿਮਨ ਬਣਾ ਕੇ ਵਿਖਾਇਆ ਉਨੂੰ ਕਦੇ ਪਾਪ ਦੀ ਕਰਮਣੀ ਕਿਹਾ ਗਿਆ ਪਾਪ ਦਾ ਮੂਲ ਕਿਹਾ ਗਿਆ ਕਦੇ ਉਸ ਨੂੰ ਇਹ ਕਿਹਾ ਗਿਆ ਕਿ ਉਹ ਮਨੁੱਖ ਲਈ ਬੜੀ ਲਾਨਤ ਸੁਣੀ ਹੋਈ ਹੈ ਕਦੇ ਇਹ ਕਿਹਾ ਗਿਆ ਕਿ ਉਹ ਚਾਰ ਦਿਵਾਰੀ ਦੀ ਵਸਤੂ ਹੈ ਕਦੇ ਇਹ ਕਿਹਾ ਗਿਆ ਕਿ ਉਹ ਸਿਰਫ ਔਲਾਦ ਪੈਦਾ ਕਰਨ ਲਈ ਇਸ ਧਰਤੀ 'ਤੇ ਆਉਂਦੀ ਹੈ ਕਦੇ ਇਹ ਕਿਹਾ ਗਿਆ ਕਿ ਉਸ ਨੂੰ ਆਜ਼ਾਦੀ ਨਾਲ ਜੀਉਣ ਦਾ ਉਸ ਨੂੰ ਇੱਧਰ-ਉੱਧਰ ਵਿਚਰਨ ਦਾ ਉਸ ਨੂੰ ਮਨੁੱਖ ਦੇ ਬਰਾਬਰ ਤੇ ਚੱਲਣ ਦਾ ਕੋਈ ਹੱਕ ਨਹੀਂ ਅਸੀਂ ਵੇਖ ਸਕਦੇ ਛੋਟੀਆਂ-ਛੋਟੀਆਂ ਗੱਲਾਂ ਤੋਂ ਕਿ ਕਿਵੇਂ ਆਮ ਤੌਰ ਤੇ ਔਰਤ ਮਰਦ ਦੇ ਅੱਗੇ ਪਤੀ-ਪਤਨੀ ਦੋਵੇਂ ਤੁਰੇ ਜਾਂਦੇ ਹੁਣ ਤੇ ਪਤਨੀ ਪਤੀ ਦੇ ਪਿੱਛੇ ਤੁਰਦੀ ਹੈ ਇਸ ਦਾ ਮਤਲਬ ਬੜਾ ਸਪਸ਼ਟ ਸੀ ਇਹ ਗੱਲ ਤਾਂ ਸਮਝਾਲਕ ਸੀ ਉਹਨੇ ਪਿੱਛੇ ਰਹਿਣਾ ਬਰਾਬਰ ਤੇ ਨਹੀਂ ਆਉਣਾ ਉਹਨੇ ਬੱਚਾ ਵੀ ਚੁੱਕਣਾ ਹੈ ਉਹਨੇ ਭਾਰ ਵੀ ਚੁੱਕਣਾ ਹੈ ਤੇ ਪਤੀ ਲਹਿਰਾਉਂਦਾ ਹੋਇਆ ਅੱਗੇ ਜਾਂਦਾ ਹੈ ਘਰ ਦੇ ਵਿੱਚ ਮਨਮਰਜ਼ੀ ਕਰਦਾ ਹੈ ਮਾਲਕੀ ਦਾ ਜਿਹੜਾ ਹੱਕ ਹੈ ਉਹਦੇ ਕੋਲ ਹੈ ਉਹ ਘਰ ਦਾ ਵੀ ਮਾਲਕ ਹੈ ਪਤਨੀ ਦਾ ਵੀ ਮਾਲਕ ਹੈ ਔਰਤ ਦਾ ਵੀ ਮਾਲਕ ਹੈ ਜੇ ਭੈਣ ਤੇ ਭਰਾ ਜੰਮੇ ਹੋਇਆ ਘਰ 'ਚ ਕੋਈ ਤੇ ਭਰਾ ਨੂੰ ਹਮੇਸ਼ਾ ਉੱਤਮ ਜਗ੍ਹਾ ਦਿੱਤੀ ਜਾਂਦੀ ਸੀ ਉਸ ਨੂੰ ਵਧੀਆ ਸਮਝਿਆ ਜਾਂਦਾ ਸੀ ਫਿਰ ਤਾਂ ਅੱਜ ਦੇ ਯੁੱਗ ਵਿੱਚ ਵੀ ਇਹ ਹੋਇਆ ਪਹਿਲੇ ਜ਼ਗੀਰਦਾਰੀ ਯੁੱਗ ਵਿੱਚ ਚੱਲਦਾ ਰਿਹਾ ਕਿ ਉਹਨੂੰ ਅੱਕ ਦਾ ਦੁੱਧ ਪਿਲਾ ਦਿਓ ਉਹਨੂੰ ਫੀਮ ਦੀ ਡੜੀ ਦੇ ਦਿਓ ਉਹਨੂੰ ਮਾਰ ਦਿਓ ਹੁਣ ਇਹ ਜਨਮ ਲੈਣ ਤੋਂ ਪਹਿਲੇ ਮਾਰ ਦਿੱਤੀਆਂ ਜਾਂਦੀਆਂ ਕਾਰਨ ਕੀ ਹੈ ਕਾਰਨ ਫਿਰ ਉਹੀ ਹੈ ਕਿ ਉਸ ਨੂੰ ਨਿਮਰ ਦਰਜਾ ਦਿੱਤਾ ਜਾਂਦਾ ਹੈ ਉਸ ਨੂੰ ਮੁਸ਼ਕਲਾਂ ਦਾ ਕਾਰਨ ਸਮਝਿਆ ਜਾਂਦਾ ਹੈ ਲੇਕਿਨ ਗੁਰੂ ਨਾਨਕ ਸਾਹਿਬ ਨੇ ਉਸ ਨੂੰ ਹਰਮ ਦੀ ਵਸਤੂ ਦੇ ਥਾਂ ਉਸ ਨੂੰ ਬਰਾਬਰ ਦੀ ਥਾਂ ਰੱਖਿਆ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਸਿੱਧਾਂ ਦੇ ਨਾਲ ਗੁਰੂ ਨਾਨਕ ਸਾਹਿਬ ਨੇ ਜਦੋਂ ਗੋਸ਼ਟਾ ਕੀਤੀਆਂ ਜਾਂ ਉਹਨਾਂ ਦੇ ਲਿਖੇ ਹੋਏ ਲਿਟਰੇਚਰ ਨੂੰ ਵੇਖਿਆ ਪੜ੍ਹਿਆ ਵਿਚਾਰਿਆ ਉਹਨਾਂ ਦੇ ਵਿਚਾਰ ਸੁਣੇ ਤਾਂ ਸਿੱਧਾਂ ਦਾ ਇੱਕ ਬੜਾ ਵੱਡਾ ਉਹ ਸੀ ਸਲੋਗਨ ਕਿ ਘਰ ਜਿਹੜਾ ਹੈ ਜੋ ਚਾਰ ਦੀਵਾਰੀ ਹੈ ਜੋ ਗ੍ਰਸਤ ਹੈ ਉਹ ਪਾਪ ਦਾ ਘਰ ਹੈ ਉਹਨੂੰ ਤਿਆਗ ਦਿਓ ਘਰੋਂ ਦੌੜ ਜਾਓ ਜੰਗਲਾਂ ਵਿੱਚ ਚਲੇ ਜਾਓ ਤਪੱਸਿਆ ਕਰੋ ਧੂਏ ਵਾਲੋ ਨੰਗੇ ਰਹੋ ਇਹ ਇਸ ਕਿਸਮ ਦਾ ਨਾਰਮਲ ਜੀਵਨ ਜੀਉਣ ਦੇ ਥਾਂ ਜਦੋਂ ਅਬਨਾਰਮਲ ਜੀਵਨ ਜੀਉਣ ਲੱਗੇ ਤਾਂ ਭਾਈ ਗੁਰਦਾਸ ਨੇ ਗੁਰੂ ਨਾਨਕ ਸਾਹਿਬ ਦੀ ਵਿਚਾਰ ਨੂੰ ਪੇਸ਼ ਕਰਦੇ ਹੋਏ ਕਿਹਾ ਕਿ ਹੋਏ ਅਤੀਤ ਗ੍ਰਸਤ ਤਜ ਫਿਰ ਉਹਨਾਂ ਹੀ ਕੇ ਘਰ ਮੰਗਣ ਜਾਏ ਦੁਬਾਰਾ ਉਹਨਾਂ ਦੇ ਘਰ ਹੀ ਜਾ ਕੇ ਹੱਥ ਅੜਦੇ ਆ ਗ੍ਰਸਤੀਆਂ ਦੇ ਤੇ yogi anatha ਨੇ ਔਰਤ ਦੇ ਸੰਬੰਧ ਵਿੱਚ ਜਿਹੜੇ ਬਚਨ ਕੀਤੇ ਉਹ ਤਾਂ ਏਡੇ ਲਾਣਜ਼ ਭਰੇ ਸੀ ਉਹਨਾਂ ਨੂੰ ਤੁਸੀਂ ਉਹਨੂੰ ਬਗਿਆੜੀ ਤੱਕ ਕਿਹਾ ਕਿ ਮਾؤں ਕਹੇ ਮੇਰਾ ਪੁੱਤ ਬਿਆਹਾ ਧਾਮ ਕਾਢ ਬਾਗਨ ਲਿਆਇਆ ਬਾਗਨ ਜਿੰਦਲੇ ਬਾਗਨ ਬਿੰਦਲੇ ਬਾਗਨ ਅਮਰੀਕਾ ਆਇਆ ਇਸ ਕਿਸਮ ਦਾ ਜਿਹੜਾ ਇਹ ਉਹਨਾਂ ਦਾ ਵਿਚਾਰ ਸੀ ਇਸ ਨੂੰ ਗੁਰੂ ਸਾਹਿਬ ਨੇ ਜਦੋਂ ਧਿਆਨ ਨਾਲ ਵੇਖਿਆ ਤੇ ਉਹਨਾਂ ਨੇ ਮਹਿਸੂਸ ਕੀਤਾ ਅਨੁਭਵ ਕੀਤਾ ਕਿ ਸਿੱਖ ਚਿੰਤਨ ਦੇ ਵਿੱਚ ਸਿੱਖੀ ਦੇ ਵਿੱਚ ਜਦੋਂ ਸਿੱਖਣ ਦੀ ਗੱਲ ਆਉਣੀ ਹੈ ਤੋ ਉਸ ਵੇਲੇ ਇੱਕ ਲੜਨਤ ਨਹੀਂ ਸੁਪਰਸਟਰਕਚਰ ਨੂੰ ਪੂਰੇ ਦੇ ਪੂਰੇ ਉਸਾਰ ਨੂੰ ਬਦਲਣਾ ਹੈ ਉਹਦੇ ਉੱਤੇ ਉਂਗਲ ਧਰਨੀ ਹੈ ਤੇ ਨਾਲ ਨਾਲ ਉਹਦਾ ਮੰਡਨ ਵੀ ਕਰਨਾ ਹੈ ਇਸ ਕਰਕੇ ਗੁਰੂ ਸਾਹਿਬਾਨ ਨੇ ਬਾਣੀ ਦੇ ਵਿੱਚ ਕੀ ਕੀਤਾ ਸਭ ਤੋਂ ਖੂਬਸੂਰਤ ਗੱਲ ਹੈ ਕਿ ਪੂਰੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਰੀ ਸਾਰੀ ਬਾਣੀ ਦੇ ਵਿੱਚ ਔਰਤ ਦਾ ਇੱਕ ਸਰੂਪ ਛਾਇਆ ਹੋਇਆ ਉਸ ਦੇ ਵਿਵਦ ਰੂਪ ਉਹਦੇ ਵਨਸ ਵਨੇ ਰੂਪ ਪ੍ਰਗਟ ਕੀਤੇ ਗਏ ਦੇਖ ਸਕਦੇ ਆਸੀਂ ਮਾਤਾ ਦਾ ਸਰੂਪ ਮਾਤਾ ਧਰਤ ਮਹਤ ਧਰਤੀ ਨੂੰ ਪਤਾ ਨਹੀਂ ਕਿਹਾ ਮਾਤਾ ਕਹਿ ਕੇ ਪੁਕਾਰਿਆ ਕਿਉਂ ਕਿਉਂਕਿ ਧਰਤੀ ਵਿੱਚ ਵੀ ਸਿਰਜਣਾ ਕਰਨ ਦੀ ਸ਼ਕਤੀ ਹੈ ਰਚਨਾ ਕਰਨ ਦੀ ਸ਼ਕਤੀ ਹੈ ਪੈਦਾਸ਼ ਕਰਨ ਦੀ ਸ਼ਕਤੀ ਹੈ ਔਰਤ ਵਿੱਚ ਵੀ ਮਾਂ ਵਿੱਚ ਵੀ ਪੈਦਾਸ਼ ਕਰਨ ਦੀ ਸੀ ਪੂਰੇ ਪੂਰੀ ਬਾਣੀ ਦੇ ਵਿੱਚ ਅਸੀਂ ਦੇਖ ਸਕਦੇ ਹਾਂ ਕਦੇ ਉਹ ਸਾਕੀ ਦੇ ਰੂਪ ਵਿੱਚ ਸਹੇਲੀ ਦੇ ਰੂਪ ਵਿੱਚ ਕਦੇ ਉਹ ਭੈਣ ਦੇ ਰੂਪ ਵਿੱਚ ਕਦੇ ਉਹ ਪਤਨੀ ਦੇ ਰੂਪ ਵਿੱਚ ਕਦੇ ਉਹ ਮਾਂ ਦੇ ਰੂਪ ਵਿੱਚ ਕਦੇ ਭੈਣ ਦੇ ਰੂਪ ਵਿੱਚ ਪ੍ਰਗਟ ਹੁੰਦੀ ਹੈ ਇੱਥੋਂ ਤੱਕ ਕਿ ਆਪਣੀ ਬਿਰਧ ਉਮਰ ਵਿੱਚ ਜਦੋਂ ਗੁਰੂ ਅੰਗ ਅਮਰਦਾਸ ਜੀ ਆਨੰਦ ਦੀ ਅਵਸਥਾ ਨੂੰ ਪ੍ਰਾਪਤ ਹੁੰਦੇ ਆ ਆਨੰਦ ਸਾਹਿਬ ਦੀ ਰਚਨਾ ਕਰਦੇ ਆ ਤੇ ਉਹ ਮਾਂ ਨੂੰ ਦੱਸਣ ਦੀ ਖੁਸ਼ੀ ਕਹਿੰਦੇ ਨੇ ਕਿ ਆਨੰਦ ਭਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ